भाई अमृतपाल सिंह ने अज थाना अजनाला विच घेराबंदी करन दी योजना बनाई सी, जिस दे संबंध विच जलंधर दे सिख तालमेल कमेटी दे मैंबरां नूं जलंधर पुलिस ने घर विच ही नज़रबंद कर दिता है। इस संबंधी सिख तालमेल कमेटी दे मुखी हरपाल सिंह चड्डा ने कहा कि अज असी सारे इकट्ठे होके भाई अमृतपाल सिंह दी हमायत करन जा रहे सी, जिन्हां नूं पुलिस ने घर विच नज़रबंद कर दिता है। यह सरकार ने साडे ते धक्का कीता है। अज साडा प्लान 10 तों 12 गड्डियां लैके जाण दा सी, अते सवेरे बहुत सारी पुलिस साडे कोल आ गई अते नज़रबंद कर दिता। उन्हें अगे कहा कि इन्हां एजेंसियां ने साडे फोन टैप किए ताही उन्हां नूं पता लगा कि अज असी घेराबंदी करन जा रहे हैं। जिवें ही असी आजाद हुंदे हाँ असी इकट्ठे होके अगली रूपरेखा तैयार करदे हाँ। मैं आप जी दे सारे व्यूअर्स नूं अपने वल्लों अपने जथेबंदी सिख तालमेल कमेटी वालों और सारे मैंबरां वालों फतेह की सांझ बुलाना जी। वाहिगुरू जी का खालसा वाहिगुरू जी की फतेह। जो अज सरकार ने जां सरकार दीयां एजेंसियां ने जो अज साडे नाल धक्का कीता है, क्योंकि अज धक्का वर्ड मैं तां यूज़ कर रहा भी असी जिस मुल्क च रह रहे हैं इहनूं उह कहिंदे आ जी इह बड़ी इत्थे डेमोक्रेसी जिहड़ी आ उह सारिआं दे लई ना बहुत अख्तियार ਸਾਰਿਆਂ ਨੂੰ ਦਿੰਦੀ ਹੈ। ਹੁਣ ਵੇਖੋ ਇਹ ਕਿੱਥੋਂ ਦੀ ਡੈਮੋਕ੍ਰੇਸੀ ਆ ਵੀ ਜਿਹੜੀ ਅਸੀਂ ਕੋਈ ਆਪਣੀ ਹੱਕ ਦੀ ਆਵਾਜ਼ ਜਾਂ ਆਪਣੀ ਗੱਲ ਨੂੰ ਅਸੀਂ ਕਿਤੇ ਰੱਖ ਵੀ ਨਹੀਂ ਸਕਦੇ। ਅੱਜ ਭਾਈ ਅੰਮ੍ਰਿਤਪਾਲ ਹੁਣਾਂ ਨੇ ਜਿਹੜੀ ਅਜਨਾਲੇ ਜਿਹੜੀ ਉਹ ਇਕੱਠ ਕਰਕੇ ਜਿਹੜਾ ਇੱਕ ਝੂਠਾ ਪਰਚਾ ਦਰਜ ਹੋਇਆ ਉਹਦੇ ਸੰਬੰਧ ਦੇ ਵਿੱਚ ਜਿਹੜਾ ਅੱਜ ਆਪਣੀ ਆਵਾਜ਼ ਨੂੰ ਉੱਥੇ ਰੱਖਣ ਲਈ ਉਹ ਅੱਜ ਇਕੱਠ ਕਰਨਾ ਸੀ, ਉਹਦੇ ਵਿੱਚ ਅੱਜ ਸਾਡੀ ਸਾਰੀ ਜਥੇਬੰਦੀ ਵੱਲੋਂ ਜਿੱਦਾਂ ਕੱਲ੍ਹ ਪਲੈਨ ਜੋ ਫਾਈਨਲ ਹੋਇਆ ਸੀ ਵੀ ਅਸੀਂ ਉਹ 'ਚ 10 ਤੋਂ 12 ਗੱਡੀਆਂ ਲੈ ਕੇ ਅਸੀਂ ਉੱਥੇ ਪਹੁੰਚਾਂਗੇ। ਅੱਜ ਅਸੀਂ ਸਵੇਰੇ 7:30 ਜਦੋਂ ਕਾਰ ਨਹਾ ਧੋ ਕੇ ਆਪਣੀਆਂ ਤਿਆਰੀਆਂ 'ਚ ਲੱਗੇ ਹਾਂ ਅਤੇ ਵਾਈਫ ਆ ਕੇ ਮੈਨੂੰ ਵਾਸ਼ਰੂਮ 'ਚ ਆ ਕੇ ਨੌਕ ਕਰਕੇ ਦੱਸਦੀ ਹੈ ਕਿ ਬਾਹਰ ਬਹੁਤ ਜ਼ਿਆਦਾ ਪੁਲਿਸ, ਲੇਡੀਜ਼ ਪੁਲਿਸ ਔਰ ਬਹੁਤ ਜ਼ਿਆਦਾ ਪੁਲਿਸ ਜਿਹੜੀ ਹੈ ਉਹ ਆ ਗਈ ਹੈ। ਅਤੇ ਉਦੋਂ ਹੀ ਮੈਨੂੰ ਠਣਕ ਗਈ ਵੀ ਹਾਂ ਵੀ ਇਹ ਜਿਹੜੀ ਗੱਲ ਇਹ ਕਿੱਦਾਂ ਇਹਨਾਂ ਕੋਲ ਪਹੁੰਚੀ। ਫਿਰ ਉਹ ਜਦੋਂ ਤਜਿੰਦਰ ਸਿੰਘ ਪਰਦੇਸੀ ਹੋਣੀ, ਹਰਪ੍ਰੀਤ ਨੀਟੂ ਜੀ ਔਰ ਪਾਲੀ ਜੀ ਔਰ ਸਾਡੇ ਸਾਰੇ ਜਦੋਂ ਮੈਂਬਰਾਂ ਜਦੋਂ ਆ ਕੇ ਬੈਠੇ ਹਾਂ ਅਸੀਂ ਜਦੋਂ ਆਪਸ 'ਚ ਇਸ ਗੱਲ ਦੇ ਉੱਤੇ ਵਰਕਆਊਟ ਕੀਤਾ ਤਾਂ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਏਜੰਸੀਆਂ ਨੇ ਇਸ ਪੁਲਿਸ ਨੇ ਸਾਡੇ ਫੋਨ ਜਿਹੜੇ ਆ ਉਹ ਟੇਪ 'ਤੇ ਲਾਏ ਹੋਏ ਔਰ ਉੱਥੋਂ ਹੀ ਇਹ ਗੱਲ ਸਾਰੀ ਹੈ। ਕਿਉਂਕਿ ਇਹ ਜਿਹੜੀ ਪਲੈਨ ਬਣਿਆ ਸੀ ਇਹ ਸਾਡਾ ਸਿਰਫ ਉੱਪਰਲੀ 4-5 ਕੋਰ ਕਮੇਟੀ ਦੇ ਮੈਂਬਰਾਂ ਦੇ ਵਿੱਚ ਹੀ ਜਿਹੜਾ ਇਹ ਫਾਈਨਲਾਈਜ਼ ਹੋਇਆ ਸੀ। ਇਹਨੂੰ ਇੰਪਲੀਮੇਸ਼ਨ ਜਿਹੜਾ ਉਹ ਅਸੀਂ ਜਦੋਂ ਜਾਣਾ ਸੀ ਉਦੋਂ ਅਸੀਂ ਉਹ ਦੇਣਾ ਸੀ, ਬਟ ਇਹ ਗੱਲ ਲੀਕ ਹੋਣੀ ਜਾਂ ਇਸ ਗੱਲ ਦੇ ਉੱਤੇ ਪੁਲਿਸ ਨੇ ਇੰਨਾ ਵੱਡੀ ਉਹ ਕਾਰਵਾਈ ਕਰਨੀ, ਇਹ ਸਾਡੇ ਫੋਨ ਹੀ ਟੈਪਿੰਗ 'ਤੇ ਲੱਗੇ ਨੇ। ਸੋ ਅੱਜ ਜੋ ਪੁਲਿਸ ਨੇ ਧੱਕਾ ਕੀਤਾ ਹੈ ਅੱਜ ਇਸ ਧੱਕੇ ਦਾ ਜਵਾਬ ਦੇਣ ਲਈ ਵੀ ਜਦੋਂ ਸਾਨੂੰ ਇਸ ਪੁਲਿਸ ਦੀ ਗ੍ਰਿਫਤ ਤੋਂ ਅਸੀਂ ਇਹ ਬਾਹਰ ਹੋਵਾਂਗੇ ਜਾਂ ਇਹ ਸਾਡੀ ਜਿਹੜੀ ਨਜ਼ਰਬੰਦੀ ਹੈ ਜਦੋਂ ਇਹ ਬੰਦ ਹੋਏਗੀ ਤਾਂ ਅਸੀਂ ਅਗਲੀ ਰੂਪਰੇਖਾ ਜ਼ਰੂਰ ਤਿਆਰ ਕਰਾਂਗੇ। ਇੱਦਾਂ ਅਸੀਂ ਚੁੱਪ ਹੋ ਕੇ ਨਹੀਂ ਬੈਠਾਂਗੇ ਕਿ ਹਾਂ ਵੀ ਸਾਨੂੰ ਸਾਡੀ ਹੱਕ ਦੀ ਆਵਾਜ਼ ਵੀ ਨਾ ਰੱਖਣ ਦਿੱਤੀ ਜਾਵੇ। ਠੀਕ ਹੈ, ਹੁਣ ਕੀ ਪਲਾਨ ਹੈ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ? ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗੱਲ ਹੈ ਜੀ ਉਹ ਹੁਣ ਜਿੰਨਾ ਚਿਰ ਤੱਕ ਇਹ ਨਜ਼ਰਬੰਦੀ ਨਹੀਂ ਖਤਮ ਹੁੰਦੀ, ਜਿੰਨਾ ਚਿਰ ਤੱਕ ਅਸੀਂ ਆਪਣੀ ਜਨਰਲ ਸਾਰੀ ਮੀਟਿੰਗ ਬੁਲਾ ਕੇ ਉਹਦੇ 'ਚ ਹੋਰ ਵੀ ਇਕੱਲੀ ਸਿੱਖ ਤਾਲਮੇਲ ਕਮੇਟੀ ਨਹੀਂ ਹੋਰ ਵੀ ਸਿੱਖ ਜਥੇਬੰਦੀਆਂ ਨੂੰ ਨਾਲ ਇੱਕ ਮੀਟਿੰਗ ਦਾ ਰੂਪ ਦੇ ਕੇ ਉਹਦੇ ਵਿੱਚ ਬੈਠ ਕੇ ਇੱਕ ਮੰਥਨ ਕਰਾਂਗੇ ਵੀ ਅਗਲਾ ਰੂਪਰੇਖਾ ਜਿਹੜੀ ਉਹ ਕੀ ਦੇਣੀ ਹੈ। ਅਸੀਂ ਇਸ ਆਵਾਜ਼ ਨੂੰ ਪੂਰੀ ਬੁਲੰਦ ਤਰੀਕੇ ਦੇ ਨਾਲ ਅੱਗੋਂ ਰੱਖਾਂਗੇ। ਇਹਨਾਂ ਕਹਿੰਦਾ ਫਤਿਹ ਬੁਲਾਨਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।